ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਵੀ ਤੋਂ। ਤੇ ਇਸ ਟਾਈਮ ਅਸੀਂ ਜਿਹੜੇ ਪਤਵੰਦੇ ਸੰਦਰਾਂ ਦੇ ਵਿੱਚ ਖੜੇ ਆ ਤੇ ਅੱਜ ਇੱਕ ਖਾਸ ਮਕਸਦ ਦੇ ਨਾਲ ਖੜੇ ਆ ਜੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਲਾਈਵ ਤਸਵੀਰਾਂ ਦੇ ਵਿੱਚ ਇੱਕ ਗਰਾਊਂਡ ਤਿਆਰ ਕੀਤਾ ਜਾ ਰਿਹਾ ਜਿਹਦੇ ਵਿੱਚ ਦੋ ਟਰੈਕਟਰ ਲੱਗੇ ਹੋਏ ਆ, ਵਾਹ ਵਾਹੀ ਕਰ ਰਹੇ ਨੇ। ਉਹ ਕਿਉਂ ਵਾਹ ਵਾਹੀ ਕਰ ਰਹੇ ਨੇ? ਕਿਉਂਕਿ ਉਰੇ ਜਿਹੜੀ ਰਣਜੀਤਪੁਰੇ ਦੀ ਆ ਸਿੰਜ ਦਾ ਮੇਲਾ ਕਰਵਾਇਆ ਜਾ ਰਿਹਾ, ਵੱਡੇ ਪੱਧਰ 'ਤੇ ਕਰਵਾਇਆ ਜਾ ਰਿਹਾ ਅਤੇ ਕਾਫੀ ਅਰਸੇ ਤੋਂ ਇਹ ਲੱਗੇ ਹੋਏ ਆ। ਅਤੇ ਸਾਡੇ ਵਿੱਚ ਬਾਬਾ ਹਰਬੰਸ ਸਿੰਘ ਜੀ ਅਤੇ ਹੋਰ ਪੂਰੇ ਪਿੰਡ ਦੇ ਸਹਿਯੋਗ ਸਰਪੰਚ ਸਾਹਿਬ ਅਤੇ ਪੂਰੇ ਇਸ ਪਿੰਡ ਦੇ ਜਿਹੜੇ ਕਰਤਾ ਧਰਤਾ ਹੈ ਉਹ ਵਿੱਚ ਮੌਜੂਦ ਆ। ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਵੇਂ ਅੱਜ ਜਿਹੜਾ ਉਹਨਾਂ ਦੀ ਵਿਉਂਤਬੰਦੀ ਦੇ ਨਾਲ ਇਹ ਸਮਾਗਮ ਜਿਹੜਾ ਕਰਵਾਇਆ ਜਾਣਾ ਅਤੇ ਕੌਣ ਕੌਣ ਉਰੇ ਪਹੁੰਚ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਬਾਬਾ ਜੀ, ਜਿਹੜਾ ਤੁਸੀਂ ਇਹ ਸਮਾਗਮ ਹੈ ਜਿਹੜਾ ਕੁਸ਼ਤੀ ਦਾ ਦੰਗਲ ਮੇਲਾ ਕਰਵਾਇਆ ਜਾ ਰਿਹਾ ਜੀ, ਕਿੰਨੀ ਤਰੀਕ ਤੋਂ ਆਰੰਭ ਹੈ ਤੁਹਾਡਾ ਜੀ? ਇਹ ਜਿਹੜਾ ਛਿੰਝ ਮੇਲਾ ਗੁਰਦੁਆਰਾ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਦੇ ਸਥਾਨ 'ਤੇ, ਜਿਸ ਸਥਾਨ 'ਤੇ ਸਾਲਾਨਾ ਸਮਾਗਮ ਸਮੇਂ ਦੀਵਾਨ ਸਜਾਇਆ ਜਾਂਦਾ, ਪੰਡਾਲ ਸਜਾਇਆ ਜਾਂਦਾ, ਉਸ ਸਥਾਨ 'ਤੇ ਗਰਾਊਂਡ ਦੇ ਵਿੱਚ ਹਰ ਸਾਲ ਤਾਂ ਨਹੀਂ, ਤੀਜੇ ਸਾਲ ਰਣਜੀਤਪੁਰਾ ਅਤੇ ਪੱਤਣ ਦੇ ਜਿੰਨੇ ਵੀ ਘਰ ਹੈਗੇ ਆ, ਜਿਸ ਨੂੰ ਫੰਦੀ ਬੋਲਦੇ ਆ, ਉਹ ਸਾਰਾ ਇਲਾਕਾ ਨਿਵਾਸੀ ਇਹ ਤੀਜੇ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ, ਜੋ ਕਿ ਇਸ ਵਾਰ ਵੀ 27 ਤਰੀਕ ਦਿਨ ਬੁੱਧਵਾਰ ਵਾਲੇ ਦਿਨ 2023 ਅਤੇ ਇਸ ਗਰਾਊਂਡ ਦੇ ਵਿੱਚ ਛਿੰਝ ਮੇਲਾ ਕਰਵਾਇਆ ਜਾ ਰਿਹਾ ਇਲਾਕਾ ਨਿਵਾਸੀਆਂ ਵੱਲੋਂ। ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਛਿੰਝ ਮੇਲੇ ਦੇ ਵਿੱਚ ਸ਼ਾਮਿਲ ਹੋ ਕੇ ਜੋ ਕੁਸ਼ਤੀ ਜੋ ਦੰਗਲ ਹੈ ਉਸਦਾ, ਜੋ ਮਾਲੀ ਦੀ ਕੁਸ਼ਤੀ ਹੈ ਉਮੇਸ਼ ਮਥਰਾ ਅਤੇ ਦੂਸਰਾ ਜੋ ਭਲਵਾਨ ਹੈ ਆਪਣੇ ਮਗਰੋੜ ਦਾ ਗੁਰਜੀਤ, ਅਤੇ ਉਸ ਦੇ ਦਰਮਿਆਨ ਹੋਵੇਗੀ ਅਤੇ ਹੋਰ ਵੀ ਮੱਲ ਦੂਰ ਦੁਰਾਡੇ ਤੋਂ ਪਹੁੰਚ ਰਹੇ ਆ। ਸੋ ਇਸ ਛਿੰਝ ਮੇਲੇ ਦੇ ਵਿੱਚ ਆਪ ਸਾਰੀਆਂ ਸੰਗਤਾਂ ਨੂੰ ਅਤੇ ਆਲੇ ਦੁਆਲੇ ਜੋ ਛਿੰਝ ਪ੍ਰੇਮੀ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ, ਆਲੇ ਦੁਆਲੇ ਨਗਰਾਂ ਦੇ ਪਿੰਡਾਂ ਦੇ ਸੰਗਤਾਂ ਨੂੰ ਸਾਰੀਆਂ ਨੂੰ ਕੇ ਪਹੁੰਚ ਕੇ ਉਸ ਦੀ ਰੌਣਕ ਵਧਾਓ ਜੀ। ਬਾਬਾ ਜੀ, ਗੱਲ ਕਰਾਂਗੇ ਜਿਹੜੀ ਤੁਹਾਡਾ ਛਿੰਝ ਮੇਲਾ ਤੁਸੀਂ ਦੱਸਿਆ ਜੀ 27 ਤਰੀਕ ਨੂੰ ਜਿਹੜਾ ਕਰਵਾਇਆ ਜਾ ਰਿਹਾ, ਉਹਦਾ ਟਾਈਮ ਟੇਬਲ ਕੀ ਹੋਏਗਾ ਜੀ? ਟਾਈਮ ਟੇਬਲ ਤਕਰੀਬਨ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਹ ਛਿੰਝ ਮੇਲਾ ਕਰਵਾਇਆ ਜਾ ਰਿਹਾ ਜੀ। ਹਾਂਜੀ। ਅਤੇ ਜਿਹੜੇ ਮਾਲੀ ਉਰੇ ਘੁਲਣ ਆ ਰਹੇ ਆ ਉਹਨਾਂ ਦੇ ਮਾਨ ਸਨਮਾਨ ਵਾਸਤੇ ਕੋਈ ਵੱਡੀ ਸ਼ਖਸੀਅਤ ਵੀ ਤੁਹਾਡੇ ਕੋਲ ਪਹੁੰਚ ਰਹੀ ਹੈ? ਵੱਡੀ ਸ਼ਖਸੀਅਤ ਕੋਸ਼ਿਸ਼ ਕਰਾਂਗੇ, ਸੰਤ ਮਹਾਂਪੁਰਸ਼ ਪਹੁੰਚਣਗੇ ਅਤੇ ਹੋਰ ਵੀ ਸ਼ਖਸੀਅਤਾਂ ਇਲਾਕੇ ਦੀਆਂ ਉਹਨਾਂ ਨੂੰ ਸੱਦਾ ਪੱਤਰ ਦੇਵਾਂਗੇ ਅਤੇ ਪਹੁੰਚਣਗੇ। ਉਹ ਆਪਣਾ ਬੈਨਰ ਦੇ ਵਿੱਚ ਆਪਾਂ ਦੱਸਾਂਗੇ ਸਾਰੇ ਇਲਾਕੇ ਕਮੇਟੀ ਸਲਾਹ ਕਰਕੇ ਵਿੱਚ ਕਿਹੜੇ ਕਿਹੜੇ ਪਹੁੰਚ ਰਹੀਆਂ ਸ਼ਖਸੀਅਤ। ਹਾਂਜੀ। ਅਤੇ ਇਸ ਤੋਂ ਇਲਾਵਾ ਆਪਣਾ ਇਨਾਮ ਕਿੰਨਾ ਕੁ ਰੱਖਿਆ ਹੋਇਆ ਜੀ? ਇਨਾਮ ਜੋ ਮਾਲੀ ਦੀ ਕੁਸ਼ਤੀ ਦਾ ਹੈ ਘੱਟੋ ਘੱਟ 1 ਲੱਖ ਰੁਪਇਆ ਦੇ ਲਗਭਗ ਆਪਣਾ ਹੋਵੇਗਾ ਜੋ ਮਾਲੀ ਦੀ ਕੁਸ਼ਤੀ ਦਾ, ਬਾਕੀ ਛੋਟੇ ਜੋ ਭਲਵਾਨ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਸਨਮਾਨ ਦਿੱਤਾ ਜਾਵੇਗਾ ਜੀ। ਅਤੇ ਅਸੀਂ ਵੀ ਜੀ ਸਟਾਰ ਟੀਵੀ ਵੱਲੋਂ ਔਰ ਇਹਨਾਂ ਦੇ ਪੂਰੀ ਕਮੇਟੀ ਵੱਲੋਂ ਬੇਨਤੀ ਕਰਦੇ ਹਾਂ ਵੀ ਜਿਹੜੇ ਛਿੰਝ ਮੇਲੇ ਦੇ ਭਲਵਾਨਾਂ ਦੇ ਘੁਲਣ ਵਾਸਤੇ ਜਿਹੜੇ ਦੇਖਣ ਵਾਸਤੇ ਤੁਸੀਂ ਆਪਣੇ ਬੱਚਿਆਂ ਨੂੰ, ਬਾਬਾ ਜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗਾ, ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਜਿਹੜੇ ਸਾਡੇ ਬੱਚੇ ਮੋਬਾਈਲਾਂ ਦੇ ਵਿੱਚ ਲੱਗੇ ਹੋਏ ਜਾਂ ਗੇਮਾਂ ਦੇ ਵਿੱਚ ਲੱਗੇ ਹੋਏ ਜਾਂ ਹੋਰ ਨਸ਼ਿਆਂ ਦੇ ਵਿੱਚ ਲੱਗੇ ਹੋਏ ਆ, ਕਿਵੇਂ ਜਿਹੜਾ ਮਲ ਘੁਲਦਾ ਹੈ ਉਹਦੇ ਜਿਹੜੇ ਪਸੀਨਾ ਆਪਣੇ ਸਰੀਰ ਦੇ ਨਾਲ ਮਿਹਨਤ ਕਰਕੇ ਮਤਲਬ ਦੂਜੇ ਨੂੰ ਢਾ ਕੇ ਜਿਹੜਾ ਨਸ਼ੇ ਤੋਂ ਦੂਰ ਹੋ ਸਕਦਾ ਇਸ ਦੇਖਣ ਨਾਲ? ਜਿੱਦਾਂ ਜੇ ਆਪਾਂ ਸਿੱਖ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰਸਿੱਖਾਂ ਨੂੰ ਸਾਰੇ ਸਿੱਖਾਂ ਨੂੰ ਮੱਲ ਅਖਾੜਾ ਉੱਥੇ ਕਾਇਮ ਕੀਤਾ ਖੰਡੂਰ ਸਾਹਿਬ, ਅੱਜ ਵੀ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਦੇ ਹਾਂ ਅਤੇ ਉੱਥੇ ਗੁਰਸਿੱਖਾਂ ਦੀਆਂ ਕੁਸ਼ਤੀਆਂ ਗੁਰੂ ਅੰਗਦ ਦੇਵ ਜੀ ਆਪ ਖੁਦ ਦੇਖਿਆ ਕਰਦੇ ਸੀ ਅਤੇ ਗੁਰੂ ਸਾਹਿਬ ਜੀ ਨੇ ਰਿਸ਼ਟ ਪੁਸ਼ਟ ਚੜ੍ਹਦੀ ਕਲਾ ਵਾਲਾ ਸਰੀਰ ਬਖਸ਼ਿਸ਼ ਕੀਤਾ, ਕੋਈ ਮਤਲਬ ਇੱਕ ਸੇਹ ਦਾ ਸਾਨੂੰ ਵਧੀਆ ਰਿਸ਼ਟ ਪੁਸ਼ਟ ਸਰੀਰ ਬਣਾਉਣ ਵਾਸਤੇ ਜੋ ਮੱਲ ਅਖਾੜੇ ਸਾਡੇ ਹੁਣ ਪੈਂਦੇ ਆ, ਛਿੰਝਾਂ ਪੈਂਦੀਆਂ, ਇਹ ਇੱਕ ਜ਼ਰੂਰਤ ਅੱਜ ਦੇ ਨੌਜਵਾਨ ਨੂੰ ਤਾਂ ਕਿ ਰਿਸ਼ਟ ਪੁਸ਼ਟ ਸਰੀਰ ਬਣਿਆ ਜਾ ਸਕੇ। ਹੁਣ ਜਿੱਦਾਂ ਜਿੰਮਾਂ ਦੇ ਵਿੱਚ ਨੌਜਵਾਨ ਜਾਂਦੇ ਆ ਉਹ ਤਾਂ ਇੱਕ ਡੁਪਲੀਕੇਟ ਨਕਲੀ ਆ, ਇਹ ਜਿਹੜਾ ਅਸਲੀ ਕੁਸ਼ਤੀ ਆ ਅਸਲੀ ਸਰੀਰ ਬਣਾਉਣ ਦੇ ਜਿਹੜੇ ਰੰਗ ਢੰਗ ਆ ਉਹ ਸਾਰੇ ਇੱਥੇ ਮੱਲ ਅਖਾੜੇ ਦੇ ਵਿੱਚ ਆਪਾਂ ਦੇਖ ਸਕਦੇ ਹਾਂ। ਅਤੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਅਤੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ ਤਾਂ ਕਿ ਉਹ ਵੀ ਦੇਖਣ ਕਿੱਦਾਂ ਮੱਲ ਕੁਲਦੇ, ਕਿੱਦਾਂ ਉਹਨਾਂ ਨੇ ਆਪਣੇ ਸਰੀਰ ਕਾਇਮ ਕੀਤੇ ਹੋਏ ਆ ਅਤੇ ਉਹ ਵਧੀਆ ਤਰੀਕੇ ਦੇ ਨਾਲ ਆਪਣਾ ਬੱਚੇ ਨੂੰ ਇੱਕ ਸੇਧ ਮਿਲਦੀ ਆ ਕਿ ਅਸੀਂ ਵੀ ਇਸ ਤਰ੍ਹਾਂ ਕਰੀਏ, ਕਿਉਂਕਿ ਜੋ 80% ਜੋ ਦੇਖਣ ਦੇ ਨਾਲ 20% ਸੁਣਨ ਦੇ ਨਾਲ ਜੋ ਅਸਰ ਪੈਂਦਾ ਬੱਚਿਆਂ 'ਤੇ, ਤਾਂ ਕਿ ਉਹਨਾਂ ਨੂੰ ਵੀ ਇੱਕ ਸੋਧ ਮਿਲੇ ਜ਼ਿੰਦਗੀ ਦੀ, ਜੋ ਨਸ਼ਿਆਂ ਦੇ ਵਿੱਚ ਅੱਜ ਨਸ਼ਿਆਂ ਦਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਉਹਨਾਂ ਤੋਂ ਆਪਣਾ ਠੱਲ ਪਾਈ ਜਾ ਸਕੇ, ਇਹ ਵੀ ਜ਼ਰੂਰਤ ਹੈ। ਜ਼ਰੂਰ ਆ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਓ, ਸਾਰੇ ਇਲਾਕਾ ਨਿਵਾਸੀਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਜੀ, ਤਾਂ ਕਿ ਉਹਨਾਂ ਨੂੰ ਸੇਧ ਮਿਲ ਸਕੇ। ਧੰਨਵਾਦ ਜੀ। ਅਤੇ ਦੁਬਾਰਾ ਫਿਰ ਬੇਨਤੀ ਕਰਾਂਗੇ ਵੀ 27 ਤਰੀਕ ਨੂੰ ਵੱਡਾ ਦੰਗਲ ਜਿਹੜਾ ਕਰਵਾਇਆ ਜਾ ਰਿਹਾ ਕੁੰਮਾ ਮਾਸ਼ਕੀ, ਅਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਅਸੀਂ ਕੁੰਮਾ ਮਾਸ਼ਕੀ ਹੀ ਖੜ੍ਹੇ ਨੇ, ਅਤੇ ਜ਼ਰੂਰ ਪਹੁੰਚੋ ਸਾਰੇ ਤੁਸੀਂ, ਆਪਣੇ ਜਿੰਨੇ ਵੀ ਸਹਿਯੋਗੀ ਹੈ ਉਹਨਾਂ ਨੂੰ ਲੈ ਕੇ ਆ ਸਕਦੇ ਹੈ ਤਾਂ ਤੁਸੀਂ ਵੀ ਲੈ ਕੇ ਆਓ। ਅਤੇ ਹਾਂਜੀ।
ਤੇ ਮੈਂ ਜੀ ਸਟਾਰ ਟੀ ਵੀ ਚੈਨਲ ਆ ਜੋ ਸਾਡੇ ਭਾਈ ਸਾਹਿਬ ਜੀ ਜੋ ਹਰੇਕ ਇਸ ਅਸਥਾਨ 'ਤੇ ਜਦੋਂ ਸਾਲਾਨਾ ਸਮਾਗਮ ਹੁੰਦਾ ਉਹਦੇ ਵਿੱਚ ਵੀ ਲਾਈਵ ਕਰਦੇ ਆ ਅਤੇ ਹੁਣ ਵੀ ਜਿਹੜਾ ਇਹ ਲਾਈਵ ਜੀਤ ਬੀਟੀ ਉਹ ਘਨੌਲੀ ਤੋਂ ਜੀ ਸਟਾਰ ਚੈਨਲ ਤੁਸੀਂ ਸਰਚ ਕਰਕੇ ਸਾਰਾ ਦੇਖ ਸਕਦੇ ਹੋ ਤੁਸੀਂ ਅਤੇ ਉਹਨੂੰ ਲਾਈਕ ਵੀ ਕਰ ਸਕਦੇ ਹੋ ਅਤੇ ਜ਼ਰੂਰ ਇਹ ਲਾਈਵ ਵੀ ਸਾਰਾ ਸਮਾਗਮ ਜੋ ਛਿੰਝ ਮੇਲਾ ਸਾਰਾ ਲਾਈਵ ਚੱਲੇਗਾ ਸੋ ਇਹਨਾਂ ਦਾ ਵੀ ਧੰਨਵਾਦ ਇੱਥੇ ਪਹੁੰਚੇ ਆ ਅਤੇ ਸਮਾਗਮ ਦੇ ਵੀ ਜਦੋਂ ਛਿੰਝ ਮੇਲਾ ਹੋਵੇਗਾ ਉਸ ਦੇ ਵਿੱਚ ਵੀ ਇਹ ਪਹੁੰਚਣਗੇ ਸੋ ਇਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਸਮੂਹ ਕਮੇਟੀ ਨਗਰ ਨਿਵਾਸੀਆਂ ਵੱਲੋਂ ਜੀ ਧੰਨਵਾਦ ਜੀ ਅਤੇ ਦੁਬਾਰਾ ਫਿਰ ਦੱਸਣਾ ਚਾਹੁੰਦਾ ਵੀ ਜਿਹੜੇ ਉਰੇ ਵੱਧ ਤੋਂ ਵੱਧ ਤੁਸੀਂ ਉਰੇ ਪਹੁੰਚੋ ਜੀ ਜਿਹੜੇ ਨਹੀਂ ਪਹੁੰਚ ਸਕਦੇ ਦੇਸ਼ ਅਤੇ ਵਿਦੇਸ਼ ਵਿੱਚ ਪਹੁੰਚੇ ਆ ਅਸੀਂ ਜੀ ਸਟਾਰ ਟੀ ਵੱਲੋਂ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਲਾਈਵ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਇੱਕ ਛੋਟੇ ਜਿਹੇ ਪਿੰਡ ਵੱਲੋਂ ਕਾਫੀ ਵੱਡਾ ਉਪਰਾਲਾ ਕੀਤਾ ਜਾਂਦਾ ਜਿਹਦੇ ਮੈਂ ਕਿ ਦੱਸਿਆ ਵੀ ਲੱਖ ਰੁਪਏ ਦੀ ਜਿਹੜੀ ਚੰਡੀ ਦਾ ਜਿਹੜਾ ਇਨਾਮ ਦਾ ਜੋ ਉਹਨਾਂ ਰੱਖਿਆ ਗਿਆ ਅਤੇ ਇਹਦੇ ਵਿੱਚ ਕਾਫੀ ਵੱਡੇ ਵੱਡੇ ਜਿਹੜੇ ਭਲਵਾਨ ਹੈ ਹਰਿਆਣੇ ਤੋਂ ਰਾਜਸਥਾਨ ਤੋਂ ਬਹੁਤ ਵੱਡੇ ਵੱਡੇ ਇਲਾਕੇ ਤੋਂ ਜਿਹੜੇ ਉਰੇ ਭਲਵਾਨ ਪਹੁੰਚ ਰਹੇ ਆ ਤੁਸੀਂ ਵੀ ਉਰੇ ਸਾਰੇ ਜ਼ਰੂਰ ਪਹੁੰਚੋ ਧੰਨਵਾਦ ਜੀ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨੇ ਕਿਰਪਾਲ ਸਿੰਘ ਲੋਹਗੜ